स्वागत है किसान वीरो तुहाडा यूट्यूब चैनल सिदकडेरी फार्मिंग दे विच। किसान वीरो अज एक होर वीडियो पिंड ताजपुर तहसील इहनू रायकोट पैंदी है ते जिला लुधियाणा है। लुधियाने तो जदों रायकोट वाल लाउणा होवे ते पखोवाल रोड दे उत्ते पिंड रहि जांदा। इस पिंड दे विच बाई जी होरां दा वपार दा काम आ। पहलां वी इहनां दीआं तिन चार वीडियो चैनल उत्ते पाईआं इह गाईआं दा वी वपार करदे आ। ते अज जिहड़ी वीडियो आपां बना रहे उहदे च इक सामणे तुहानूं एच एफ नसल दी गां दिस रही है, इह वी विकाऊ है। इस तों बिना दो गाईआं इधर जिहड़ी इक काली है ते नाल इक जर्सी गां, इह दोनों तोकड़ गब्बण। सो डिटेल सारी बाई जी होरां तों लवांगे। वीडियो शुरू करन तों पहलां बेनती है जिन्हां ने मेरे इस चैनल नूं अजे तक सबसक्राइब नहीं किया चैनल नूं जरूर सबसक्राइब कर लो ते नाल घंटी का बटन भी प्रेस कर दो जी। आओ बाई जी होरां नाल गलबात करिए। चंगा रिकॉर्ड दुध का दसदे आ। ਤੇ ਬਾਈ ਨੂੰ ਉਮੀਦ ਆ ਵੀ ਇਹ ਚੰਗਾ ਸੋਹਣਾ ਹਵਾਨਾ ਬਣਾਊਗੀ। ਕੱਚੀ ਗਾਂ ਦਾ ਜੋ ਆਪਾਂ ਰੇਟ ਕੱਢ ਦਿੰਦੇ ਆ ਤੇ ਉਦੋਂ ਕਮੈਂਟਾਂ ਦੇ ਵਿੱਚ ਕੁਝ ਵੀਰ ਨਜਾਇਜ਼ ਹੀ ਜਿਹੜਾ ਘੱਟ ਰੇਟ ਲਾਉਣ ਲੱਗ ਪੈਂਦੇ, ਉਹਦੇ ਕਰਕੇ ਇਹਦਾ ਰੇਟ ਨਹੀਂ ਦੱਸਿਆ ਇਹਨਾਂ ਨੇ। ਫਿਰ ਵੀ ਜੇ ਕਿਸੇ ਵੀਰ ਦੇ ਪਸੰਦ ਆਊਗੀ ਸੌਦਾ ਤੁਸੀਂ ਕਰ ਸਕਦੇ ਆ, ਫੋਨ ਦੇ ਉੱਤੇ ਤੁਹਾਨੂੰ ਰੇਟ ਦੱਸ ਦੇਣਗੇ। ਬਹੁਤ ਸੋਹਣੀ ਗਾਂ। ਰੇਟ ਨਾ ਦੱਸਣ ਦਾ ਕਾਰਨ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਵੀ ਇਹ ਗੱਭਣ ਆ, 15 ਦਿਨਾਂ ਦੀ ਕੱਚੀ ਹੈ ਅਤੇ ਹਜੇ ਇਹਨੇ ਉਵੇਂ ਦੱਖ ਵੀ ਨਹੀਂ ਦੇਣੀ ਕਿਉਂਕਿ ਦੁੱਧ ਜਿਹੜਾ ਬਾਈ ਜੀ ਹੋਰੀ ਦੱਸਦੇ ਆ ਵੀ ਜਿੱਥੋਂ ਇਹਨਾਂ ਨੇ ਖਰੀਦੀ ਉਹਨਾਂ ਨੇ 25 ਕਿਲੋ ਪਹਿਲੇ ਸੂਏ ਦਾ ਦੱਸਿਆ। ਬਾਕੀ ਜਿਹੜਾ ਇਹਦਾ ਰੋਕ ਹੈ ਦੋਸਤੋ ਉਹਦੇ ਤੋਂ ਲੱਗਦਾ ਵੀ ਹੈ ਵੀ ਇਹ ਚੰਗੇ ਦੁੱਧ ਵਾਲੀ ਗਾਂ ਨਿਕਲੂਗੀ। ਬਾਕੀ ਜਦੋਂ ਪਸ਼ੂ ਸੂਏ ਦੇ ਬਿਲਕੁਲ ਨੇੜ ਆਉਂਦਾ ਤਿਆਰ ਹੁੰਦਾ ਉਦੋਂ ਉਹਦਾ ਜਿਹੜਾ ਰੁੱਖ ਹੋਰ ਹੁੰਦਾ। ਥਾਣੇ 'ਤੇ ਬਹੁਤ ਸੋਹਣਾ ਲੱਗਾ। ਬਾਕੀ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ, ਉੱਚੇ ਲੰਬੇ ਕੱਦ ਦੀ ਇਹ ਗਾਂ। ਇਹ ਤੋਂ ਬਿਨਾਂ ਬਾਈ ਜੀ ਹੋਰਾਂ ਕੋਲ ਦੋ ਗਾਈਆਂ ਤੋਕੜ ਗੱਭਣਾ, ਇਹਨਾਂ 'ਚੋਂ ਇੱਕ ਜਰਸੀ ਹੈ। ਆਪਾਂ ਪਹਿਲਾਂ ਜਰਸੀ ਬਾਰੇ ਪੁੱਛ ਲੈਂਦੇ ਹਾਂ, ਇਹ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਦੋਸਤੋ। ਇਹ ਬਾਈ ਜਰਸੀ 99 ਸੂਏ ਸੂਈ ਵੀ ਹੈ, ਪਹਿਲੇ ਸੂਏ ਹੈ। ਤੇ ਕਿੰਨਾ ਹੁਣ ਇਹ ਕਿੰਨੇ ਚਿਰ ਦੀ ਗੱਭਣਾ? ਵੀਰੇ 3.5 ਮਹੀਨੇ ਦੀ ਗੱਭਣਾ। ਚੈੱਕ ਪਾਸ ਹੈ? ਚੈੱਕ ਪਾਸ ਵੀਰੇ। ਠੀਕ ਹੈ। ਤੇ ਦੁੱਧ ਇਸ ਟਾਈਮ? ਵੀਰੇ 7 ਕਿਲੋ ਆ। 7 ਕਿਲੋ ਦੁੱਧ ਹੈ। ਤੇ ਤਾਜ਼ੀ ਦਾ ਦੁੱਧ ਕਿੰਨਾ ਕੁ ਸੀ? ਵੀਰੇ 14 ਕਿਲੋ ਦਿੱਤਾ। 14 ਕਿਲੋ ਦਿੱਤਾ। ਖੋਲੋ ਇਹਨੂੰ ਵੀ ਦੋਸਤੋ, ਦੇਖ ਸਕਦੇ ਹਾਂ ਪਹਿਲੇ ਸੂਏ ਸੂਈ ਸੀ ਬਾਈ ਜੀ ਹੋਰਾਂ ਕੋਲ, ਘਰ ਦੀ ਵੱਛੀ ਹੈ ਇਹ। ਹੁਣ ਇਹ ਗੱਭਣ ਹੈ, 3.5 ਮਹੀਨਿਆਂ ਦੀ ਗੱਭਣ ਹੈ। ਚੈੱਕ ਪਾਸ ਹੈ ਇਹ। 7 ਕਿਲੋ ਦੁੱਧ ਦੋਨਾਂ ਟਾਈਮਾਂ ਦਾ ਹੈਗਾ, ਵਿਕਾਊ ਆ ਬਾਈ ਜੀ ਹੋਰਾਂ ਕੋਲ। ਰੇਟ ਸਾਰਾ ਕੁਝ ਪੁੱਛ ਲਾਂਗੇ ਬਾਈ। ਮੁੜੋ ਦੇਖ ਸਕਦੇ ਹਾਂ ਤੁਸੀਂ ਮੂੰਹ ਮੱਥਾ ਵੀ ਇਹਦਾ ਬਹੁਤ ਸੋਹਣਾ, ਪਿਓਰ ਜਰਸੀ ਜਿਹੜੀ ਬਰੀਡ ਆ ਉਹਦੇ 'ਚ ਆਉਂਦੀ ਹੈ ਇਹ। ਥਣ ਬਹੁਤ ਸੋਹਣੇ ਲੱਗਿਆ ਦੋਸਤੋ। ਬਾਕੀ ਜਿਹੜਾ ਦੁੱਧ ਹੈ ਉਹ ਪਹਿਲਾਂ ਹੀ ਦੱਸਤਾ ਤੁਹਾਨੂੰ, 7 ਕਿਲੋ ਦੁੱਧ ਦੋਨਾਂ ਟਾਈਮਾਂ ਦਾ ਇਹਦੇ ਥੱਲੇ ਹੈ। ਜਰਸੀ ਗਾਂ ਦੇ ਸ਼ੌਕੀਨ ਬਹੁਤ ਸਾਰੇ ਵੀਰ ਆ, ਸੋ ਉਹਨਾਂ ਦੇ ਜੇ ਫਿੱਟ ਆਊ ਤਾਂ ਸੌਦਾ ਕਰ ਸਕਦੇ ਬਾਈ। ਇਹਦਾ ਰੇਟ ਦੱਸੋ ਜਰਸੀ ਦਾ ਕੀ? 34,000 ਰੁਪਇਆ। 34,000 ਰੁਪਇਆ, ਠੀਕ ਹੈ ਬਾਈ। ਇਹ ਕਾਲੀ ਗਾਂ ਬਾਰੇ ਵੀ ਦੱਸੋ ਜੇ, ਇਹ 99 ਸੂਏ ਸੂਈ ਹੈ, ਪਹਿਲੇ ਸੂਏ ਵੀ। ਇਹ ਵੀ ਪਹਿਲੇ ਸੂਏ। ਇਹ ਕਿੰਨੇ ਚਿਰ ਦੀ ਗੱਭਣ? ਇਹ ਵੀਰੇ 7 ਮਹੀਨੇ ਗੱਭਣ। 7 ਦੀ ਗੱਭਣ ਹੈ ਤੇ ਦੁੱਧ ਹੁਣ? 5 ਕਿਲੋ। 5 ਕਿਲੋ ਦੁੱਧ, ਠੀਕ ਹੈ। ਤੇ ਇਹਦਾ ਕੀ ਰੇਟ ਕਰਦੇ ਆ? 24,000 ਰੁਪਇਆ। 24,000, ਖੋਲੋ ਇਹਨੂੰ ਦੋਸਤੋ। 7 ਮਹੀਨਿਆਂ ਦੀ ਗੱਭਣ ਹੈ। ਚੈੱਕ ਜਿਹੜਾ ਵੀਰ ਮਰਜ਼ੀ ਕਰਾ ਸਕਦਾ। ਵੈਸੇ 7 ਮਹੀਨਿਆਂ ਦੀ ਗੱਭਣ ਕੋਈ ਐਡੀ ਸ਼ੱਕ ਵਾਲੀ ਗੱਲ ਰਹਿੰਦੀ ਨੀਗੀ। ਦੇਖ ਸਕਦੇ ਹਾਂ ਤੁਸੀਂ ਇਹ ਕ੍ਰੋਸ ਬਰੀਡ ਦੀ ਗਾਂ ਹੈ, 5 ਕਿਲੋ ਦੁੱਧ ਦੇ ਰਹੀ ਹੈ। ਰੇਟ ਇਹਦਾ 24,000 ਬਾਈ ਜੀ ਹੋਰਾਂ ਨੇ ਰੱਖਿਆ। ਮਾਨ ਤਾਨ ਤੁਹਾਡਾ ਕੀਤਾ ਜਾਊਗਾ। ਬਾਕੀ ਜਦੋਂ ਤੁਸੀਂ ਆ ਕੇ ਦੇਖੋਗੇ ਤੇ ਤੁਹਾਨੂੰ ਜਿਹੜਾ ਪਸ਼ੂ ਸਹੀ ਜਿਹੜਾ ਉਹਦੀ ਪਰਖ ਹੋਊਗੀ ਦਿਸੂਗਾ। 5 ਕਿਲੋ ਦੁੱਧ ਤੁਸੀਂ ਦੋਨਾਂ ਟਾਈਮਾਂ ਦਾ ਚੋ ਕੇ ਦੇਖ ਸਕਦੇ ਹਾਂ। ਕ੍ਰੋਸ ਬਰੀਡ ਹੈ ਇਹ, 7 ਮਹੀਨਿਆਂ ਦੀ ਗੱਭਣ ਹੈ ਦੋਸਤੋ ਇਹ। ਦੋਸਤੋ ਇੱਕ ਇਹਨਾਂ ਕੋਲ ਇਹ ਕੱਟਾ ਵੀ ਬਾਈ ਜੀ ਹੋਰਾਂ ਕੋਲ ਵਿਕਾਊ ਹੈ, ਜੈੱਡ ਬਲੈਕ ਹੈ ਇਹ। ਪੂਛ ਇਹਦੀ ਬਿਲਕੁਲ ਕਾਲੀ ਹੈ। ਇਹ ਕੱਟਾ ਤੁਹਾਨੂੰ ਦਿਖਾ ਦਿੰਦੇ ਹਾਂ ਦੋਸਤੋ, ਮੂੰਹ ਮੱਥਾ ਇਹਦਾ ਤੁਸੀਂ ਦੇਖ ਸਕਦੇ ਹਾਂ। ਸਿੰਘ ਕੁੰਡਾ ਹੈ, ਗੋਲ ਸਿੰਘ ਹੈ। ਬਾਕੀ ਮੱਥਾ ਜਿਹੜਾ ਉਹ ਤੁਸੀਂ ਦੇਖ ਹੀ ਲਿਆ ਕਿਵੇਂ ਥੋੜ੍ਹਾ ਜਿਹਾ ਉੱਠਵਾਂ ਜਿਹਾ ਲੱਗਦਾ ਇਹ। ਬਾਕੀ ਜੈੱਡ ਬਲੈਕ ਹੈ ਇਹ ਬਾਈ। ਇਹਦੀ ਉਮਰ ਕਿੰਨੀ ਹੈ ਕੱਟੇ ਦੀ? ਦੁੱਗਾ ਹੋ ਗਿਆ।
दो दंद है ठीक है ते एदा कोई रिकॉर्ड पता किता नहीं फिर छोटा हुंदा लियांदा जी अच्छा वैसे ही लियांदा सी ते एदा की रेट करदे आ 33,000 रुपए छोटा जहे शौक वजो सांभिया सो जे किसी वीर ने लैना तो 33,000 एदा रेट है तुसीं सौदा बाई जोरां नाल कर सकदे आ धन्नवाद दोस्तो वीडियो देखण वास्ते इहनां चों कोई पशु तुहाडे पसंद आवे तां नंबर बाई जोरां दा जिहड़ा स्क्रीन ते चलदा इह ते तुसीं कॉल कर सकदे आ।